ਡਾਲਰ ਦਾ ਸਦਕਾ ਲਜਪਾਲ ਪੀਰ ਕਸੂਰੀ ਦਾ ਸਦਕਾ ਲਜਪਾਲ ਤਾਜਦਾਰੇ ਦੌਲਰ ਦਾ ਸਦਕਾ ਮੇਰੇ ਪੀਰ ਰੋਸ਼ਨ ਜ਼ਮੀਰ ਪੀਰ ਮੁਨੀਰ ਦਾ ਸਦਕਾ ਮੇਰੇ ਪੀਰ ਰੋਸ਼ਨ ਜ਼ਮੀਰ ਮੁਨੀਰ ਦਾ ਸਦਕਾ ਤਮਾਮ ਯਾਰਾਂ ਨੇ ਤਰੀਕਤ ਨੂੰ ਮੇਰੇ ਤਰਫੋਂ ਅਸਲਾਮੁ ਅਲੈਕੁਮ ਹਜ਼ੂਰ ਖਾਜਾ ਸਾਹਿਬ ਦੀ ਖਾਸ ਕਰਮ ਨਵਾਜ਼ੀ ਕਿ ਅਸੀਂ ਸਾਈਆਂ ਦੀ ਮਹਿਫਿਲ ਦੇ ਵਿੱਚ ਆਏ ਬੈਠੇ ਹਾਂ ਅਤੇ ਅੱਜ ਮੇਰਾ ਮੌਜੂ ਸਿਰਫ ਦੋ ਤਿੰਨ ਵਾਕਿਆ ਮੈਂ ਦੱਸਣੇ ਨੇ ਅਤੇ ਦੱਸਣੇ ਵੀ ਪੀਰ ਦਾ ਅਦਬ ਕਿਵੇਂ ਕੀਤਾ ਜਾਂਦਾ ਹੈ ਪੀਆ ਮੁਨੀਰ ਸੇ ਜੋ ਕਰੇ ਦੂਰ ਵੋ ਖਵਾਬ ਹੈ ਫਿਤਨਾ ਪੀਆ ਮੁਨੀਰ ਸੇ ਜੋ ਕਰੇ ਦੂਰ ਵੋ ਖਵਾਬ ਹੈ ਫਿਤਨਾ ਖੋ ਜਾਊਂ ਜਿਸ ਖਿਆਲ ਮੇਂ ਵੋ ਖਿਆਲ ਹੈ ਫਿਤਨਾ ਖੋ ਜਾਊਂ ਜਿਸ ਖਿਆਲ ਮੇਂ ਵੋ ਖਿਆਲ ਹੈ ਫਿਤਨਾ ਮੁਝਕੋ ਜੋ ਦੂਰ ਕਰੇ ਜ਼ਾਤੇ ਸ਼ਾਹੇ ਮੁਨੀਰ ਸੇ ਮੁਝਕੋ ਜੋ ਦੂਰ ਕਰੇ ਜ਼ਾਤੇ ਸ਼ਾਹੇ ਮੁਨੀਰ ਸੇ ਵੋ ਮੁੱਲਾ ਵੋ ਪੀਰ ਹੈ ਫਿਤਨਾ ਵੋ ਸਾਹਿਬੇ ਕਮਾਲ ਹੈ ਫਿਤਨਾ ਕਿ ਮੇਰੇ ਪੀਰ ਮੁਨੀਰ ਤੂੰ ਜਿਹੜਾ ਵੀ ਮੈਨੂੰ ਦੂਰ ਕਰੇ ਅੱਜ ਮੈਂ ਵਿੱਚ ਉਹਨਾਂ ਮੁਰੀਦਾਂ ਵਾਸਤੇ ਪੜ੍ਹਿਆ ਹੈ ਜਿਹੜੇ ਦੂਏ ਪੀਰਾਂ ਵੱਲੇ ਜਾਂਦੇ ਹਨ ਤੇ ਜਾ ਕੇ ਤੇ ਉਹਨਾਂ ਦੇ ਮਗਰ ਲੱਗ ਕੇ ਖਾਜਾ ਸ਼ਬੀਰ ਨੂੰ ਛੱਡੀ ਵੇ ਫਿਰਦੇ ਨੇ ਖਾਜਾ ਪੀਰ ਮੁਹੰਮਦ ਮੁਨੀਰ ਅਹਿਮਦ ਸ਼ਾਹ ਸਾਹਿਬ ਨੂੰ ਛੱਡੀ ਫਿਰਦੇ ਨੇ ਕਿਉਂ ਛੱਡੀ ਫਿਰਦੇ ਹੋ ਖਾਜਾ ਸਾਹਿਬ ਨੇ ਤੇ ਤੁਹਾਨੂੰ ਕੁਛ ਦਿੱਤਾ ਹੈ ਖਾਜਾ ਸਾਹਿਬ ਨੇ ਤੁਹਾਡੇ ਤੋਂ ਲਿਆ ਕੁਛ ਵੀ ਨਹੀਂ ਹੈ ਜਦੋਂ ਵੀ ਤੁਸੀਂ ਇੱਥੇ ਆਏ ਹੋ ਤੇ ਸਾਈਆਂ ਨੇ ਤੁਹਾਡੀਆਂ ਝੋਲੀਆਂ ਭਰ ਕੇ ਗਲੀਆਂ ਨੇ ਉਹਨਾਂ ਨੇ ਕੋਈ ਤੁਹਾਡੇ ਕੋਲੋਂ ਲਿਆ ਕੁਛ ਨਹੀਂ ਹੈ ਸਾਈ ਅਤਾ ਕਰਦੇ ਹਨ ਅੱਗੇ ਮੰਗਤੇ ਦਾ ਕੰਮ ਹੈ ਕਿ ਭਾਵੇਂ ਉਹਦਾ ਪੈਮਾਨਾ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਸਾਈਆਂ ਅਤਾ ਕਰਨਾ ਹੈ ਉਂਜ ਅਤਾ ਕਰਨਾ ਹੈ ਜਿਵੇਂ ਅੱਲਾ ਹਜ਼ਰਤ ਲਿਲਾਹੀ ਨੇ ਨੂੰ ਅਤਾ ਕੀਤਾ ਉਂਜ ਅਤਾ ਕਰਨਾ ਹੈ ਜਿਵੇਂ ਪੀਰ ਸ਼ਬੀਰ ਅਹਿਮਦ ਸ਼ਾਹ ਸਾਹਿਬ ਰਹਿਮਤੁੱਲਾਹ ਤਾਲਾ ਅਲੈਹ ਨੇ ਆਪਣੇ ਤਮਾਮ ਮੁਰੀਦਾਂ ਨੂੰ ਅਤਾ ਕੀਤਾ ਹਜ਼ੂਰ ਸੈਯਦ ਮੁਹੰਮਦ ਮੁਨੀਰ ਅਹਿਮਦ ਸ਼ਾਹ ਸਾਹਿਬ ਨੇ ਉਂਜ ਅਤਾ ਕਰਨਾ ਹੈ ਜਿਵੇਂ ਉਹਨਾਂ ਦੇ ਨਾਨਾ ਜਾਨ ਰਸੂਲ ਅੱਲਾ ਮਦੀਨੇ ਦੀ ਗਲੀਆਂ ਵਿੱਚ ਮੁਰੀਦਾਂ ਨੂੰ ਅਤਾ ਕਰਦੇ ਸਨ ਬੇਲੀਓ